ਬਠਿੰਡੇ ਜੇਲ੍ਹ ਦੇ ਦੋ ਮਸ਼ਹੂਰ ਡਾਕੂ ਜੇਲ੍ਹ ਚੋਂ ਫਰਾਰ ਹੋ ਕੇ ਇੱਕ ਬੀੜ ਵਿੱਚ ਬੈਠੇ ਆਪਣਾ ਸ਼ਿਕਾਰ ਭੁੰਨ ਰਹੇ ਹਨ। ਸ਼ਾਮ ਕੌਰ ਨਾਂ ਦੀ ਇੱਕ ਔਰਤ ਨੂੰ ਰਸਤੇ ਵਿੱਚ ਕੁਝ ਬਦਮਾਸ਼ਾਂ ਨੇ ਲੁੱਟ ਲਿਆ। ਔਰਤ ਦੇ ਰੋਣ ਦੀ ਆਵਾਜ਼ ਸੁਣ ਕੇ ਦੋਨੋਂ ਹੈਰਾਨ ਹੋ ਜਾਂਦੇ ਹਨ। ਅੱਗੋਂ ਬਾਅਦ ਦੀ ਕਹਾਣੀ ਗੀਤ ਰਾਹੀਂ ਸੁਣੋ। ਚਾਰਾਂ ਗੋਲੀਆਂ ਨਾਲ ਮਸਾ ਢਿੱਡ ਭਰਦਾ ਪੈਦਲ ਦਾ ਹੈ ਥਰੀ ਨਾ ਥਰੀ ਸਿਆਸੀ ਨੰਬਰ ਰਾਈਫਲ ਦਾ ਬੰਦੇ ਨਹੀਂ ਜੋ ਤੱਕਣ ਛੇੜਨ ਇੱਜ਼ਤ ਬੇਗਾਨੀ ਨੂੰ ਸਦਾ ਸੂਰਮੇ ਸਮਝਣ ਦੀ ਤੇ ਭੈਣ ਬਗਾਨੀ ਨੂੰ ਸਦਾ ਸੂਰਮੇ ਸਮਝਣ ਦੀ ਤੇ ਭੈਣ ਬਗਾਨੀ ਨੂੰ ਮਿਰਗ ਮਾਰ ਕੇ ਭੀੜ ਚ ਬੈਠੇ ਜਾਂਦੇ ਖਾਈਆ ਹੈਗੀ ਕੰਨੀ ਸ਼ਾਮ ਕੌਰ ਦੀ ਹਾਲ ਦੁਹਾਈਆ ਮਾਰ ਖੇਸ ਦੀ ਬੁੱਕਲ ਪੋਟੇ ਪਾਲਿਆ ਰਾਣੀ ਨੂੰ ਸਦਾ ਸੂਰਮੇ ਸਮਝਣ ਦੀ ਤੇ ਭੈਣ ਬਗਾਨੀ ਨੂੰ ਸਦਾ ਸੂਰ ਮੈਂ ਸਮਝਣ ਤੀ ਤੇ ਭੈਣ ਬਗਾਨੀ ਨੂੰ ਵੇਖ ਜਨਾਨੀ ਨਗਨ ਸ਼ਾਮ ਸਿੰਘ ਖਾ ਗਿਆ ਖਾਰ ਕੇ ਰਾਹ ਲੈ ਕੇ ਚਾਦਰਾ ਆਖਿਆ ਭੈਣੇ ਬੁੱਕਰ ਮਾਰ ਕੇ ਰਾਹ ਮੈਂ ਹਾਂ ਤੇਰਾ ਵੀਰ ਲੁਕਾ ਨਾ ਜਾਈ ਕਹਾਣੀ ਨੂੰ ਸਦਾ ਸੂਰ ਮੈਂ ਸਮਝਣ ਦੀ ਤੇ ਭੈਣ ਬਗਾਨੀ ਨੂੰ ਸਦਾ ਸੂਰ ਮੈਂ ਸਮਝਣ ਦੀ ਤੇ ਭੈਣ ਬਗਾਨੀ ਨੂੰ ਸ਼ੱਕ ਪੂਰੇ ਉਹ ਪੇਟੀ ਆਖਣ ਗਈ ਸੀ ਵਿਆਦੀ ਮੈਂ ਸ਼ਾਮ ਲਾਲ ਨੇ ਲੁੱਟ ਲਈ ਦੱਸਾਂ ਕਹਾਣੀ ਕਾਦੀ ਮੈਂ ਉਹ ਛੁੰਬੀ ਵਿੱਚ ਵਰਤੇ ਵੇਖਿਆ ਚਾਹੁੰਦੀ ਥਾਣੀ ਨੂੰ ਸਦਾ ਸੂਰ ਮੈਂ ਸਮਝਣ ਤੀ ਤੇ ਭੈਣ ਬਗਾਨੀ ਨੂੰ ਸਦਾ ਸੂਰ ਮੈਂ ਸਮਝਣ ਤੀ ਤੇ ਭੈਣ ਬਗਾਨੀ ਨੂੰ ਸ਼ਾਮ ਕੌਰ ਨੂੰ ਪੁੱਛ ਪੁਲਟ ਨੂੰ ਦਿੱਤਾ ਗੇੜਾ ਬਈ ਚਾਰੇ ਕਹਿਣ ਸ਼ਾਮ ਨੂੰ ਰੱਖਤੇ ਜਿਹੜਾ ਬਈ ਹੁਣ ਕਰਕੇ ਪਾਸੇ ਬੁੱਕਣ ਕੱਢ ਲਿਆ ਬੰਦੇ ਖਾਣੀ ਨੂੰ ਸਦਾ ਸੂਰ ਮੈਂ ਸਮਝਣ ਤੀ ਤੇ ਭੈਣ ਬਗਾਨੀ ਨੂੰ ਸਦਾ ਸੂਰ ਮੈਂ ਸਮਝਣ ਤੀ ਤੇ ਭੈਣ ਬਗਾਨੀ ਨੂੰ ਸਿਸਤ ਬਨੀ ਤੋਂ ਰੰਗ ਉੱਡ ਗਏ ਵੱਡਿਆਂ ਬਦਮਾਸ਼ਾਂ ਦੇ ਹੱਥ ਜੋੜ ਕੇ ਆਖਣ ਬਖਸ਼ੋ ਔਗਣ ਦਾਸਾਂ ਦੇ ਇੱਕ ਇੱਕ ਕਰਕੇ ਵੰਡਤਾ ਚੋਂ ਜਣਿਆਂ ਦੀ ਠਾਣੀ ਨੂੰ ਸਦਾ ਸੂਰ ਮੈਂ ਸਮਝਣ ਤੀ ਤੇ ਭੈਣ ਬਗਾਨੀ ਨੂੰ ਸਦਾ ਸੂਰ ਮੈਂ ਸਮਝਣ ਤੀ ਤੇ ਭੈਣ ਬਗਾਨੀ ਨੂੰ ਤੇ ਭੈਣ ਬਗਾਨੀ ਨੂੰ ਸਦਾ ਸੂਰ ਮੈਂ ਸਮਝਣ ਤੀ ਤੇ ਭੈਣ